ਸਿਵਲ ਹਸਪਤਾਲ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ। ਕਿਹਾ ਜਾ ਰਿਹਾ ਕਿ ਹਸਪਤਾਲ ਦੇ ਅੰਦਰ ਲੱਗੇ ਸ਼ੀਸ਼ੇ ਵੀ ਇਸ ਨੌਜਵਾਨ ਨੇ ਤੋੜ ਦਿੱਤੇ ਹੈ, ਜਦਕਿ ਅੰਦਰ ਪੁਲਿਸ ਵੀ ਮੌਜੂਦ ਸੀ। ਪੁਲਿਸ ਦੇ ਵੱਲੋਂ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ। ਇੱਥੋਂ ਤੱਕ ਕਿ ਜਿਹੜੇ ਹੋਰ ਮਰੀਜ਼ਾਂ ਦੇ ਰਿਸ਼ਤੇਦਾਰ ਹਸਪਤਾਲ ਦੇ ਵਿੱਚ ਪਹੁੰਚੇ ਸੀ, ਉਹਨਾਂ ਦੇ ਨਾਲ ਵੀ ਉਸ ਨੌਜਵਾਨ ਦੇ ਵੱਲੋਂ ਗਾਲੀ ਗਲੋਚ ਕੀਤਾ ਗਿਆ। ਇੱਥੋਂ ਤੱਕ ਕਿ ਇੱਕ ਬਜ਼ੁਰਗ ਵਿਅਕਤੀ ਦੀ ਦਾੜੀ ਤੱਕ ਪੱਟ ਦਿੱਤੀ ਹੈ। ਹਾਲਾਂਕਿ ਮੌਕੇ ਦੇ ਉੱਤੇ ਉਸ ਬਜ਼ੁਰਗ ਨੇ ਵੀ ਹੁਣ ਪੁਲਿਸ ਪ੍ਰਸ਼ਾਸਨ ਦੇ ਕੋਲ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ, ਇਨਸਾਫ ਦੀ ਗੁਹਾਰ ਲਗਾਈ ਹੈ। ਤਾਂ ਦੱਸ ਦਈਏ ਕਿ ਕਿਹਾ ਜਾ ਰਿਹਾ ਇੱਕ ਨੌਜਵਾਨ ਜੋ ਕਿ ਸ਼ੰਭੂ ਬਾਰਡਰ ਦੇ ਉੱਤੇ ਕਿਸਾਨੀ ਅੰਦੋਲਨ ਦੇ ਵਿੱਚ ਪਹੁੰਚਿਆ ਸੀ, ਪਰ ਜਦੋਂ ਕਿਹਾ ਜਾ ਰਿਹਾ ਕਿ ਪੁਲਿਸ ਦੇ ਵੱਲੋਂ ਲਗਾਤਾਰ ਹੰਝੂ ਗੈਸ ਦੇ ਗੋਲੇ ਛੱਡੇ ਜਾ ਰਹੇ ਸੀ, ਤਾਂ ਉਸ ਦੌਰਾਨ ਇਸ ਨੌਜਵਾਨ ਨੂੰ ਵੀ ਹੰਝੂ ਗੈਸ ਜੋ ਹੈ ਚੜ ਗਈ ਸੀ, ਜਿਸ ਤੋਂ ਬਾਅਦ ਇਸ ਨੂੰ ਲੁਧਿਆਣਾ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਅਤੇ ਹੁਣ ਉਸ ਨੌਜਵਾਨ ਦੇ ਵੱਲੋਂ ਜ਼ਬਰਦਸਤ ਹੰਗਾਮਾ ਕੀਤਾ ਗਿਆ। ਕਿਹਾ ਜਾ ਰਿਹਾ ਕਿ ਉਸ ਨੂੰ ਕਾਬੂ ਕਰਨ ਦੇ ਲਈ ਜੋ ਹਸਪਤਾਲ ਦੇ ਕਰਮਚਾਰੀ ਸੀ, ਉਸ ਨੌਜਵਾਨ ਨੂੰ ਬੇਹੋਸ਼ੀ ਦਾ। ਤਾਂ ਦੱਸ ਦਈਏ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਇਹ ਜ਼ਬਰਦਸਤ ਹੰਗਾਮਾ ਹੋਇਆ, ਜਿੱਥੇ ਕਿ ਇੱਕ ਨੌਜਵਾਨ ਨੇ ਕਿਹਾ ਜਾ ਰਿਹਾ ਕਿ ਨਸ਼ੇ ਦੀ ਹਾਲਤ ਦੇ ਵਿੱਚ ਪਹਿਲਾਂ ਤਾਂ ਹਸਪਤਾਲ ਦੇ ਵਿੱਚ ਸ਼ੀਸ਼ੇ ਤੋੜ ਦਿੱਤੇ ਅਤੇ ਉਸ ਤੋਂ ਬਾਅਦ ਦੇ ਵਿੱਚ ਕਈ ਲੋਕਾਂ ਦੇ ਨਾਲ ਬਦਤਮੀਜ਼ੀ ਵੀ ਕੀਤੀ ਗਈ ਹੈ। ਮੇਰਾ ਪੇਸ਼ੈਂਟ ਦਾਖਲਾ ਆ ਕੇ ਧੱਕੇਸ਼ਾਹੀ ਕਰਦਾ ਸੀ, ਬੂਹੇ ਭੰਨਦਾ ਸੀਗਾ। ਮੇਜਰ ਸਿੰਘ ਦਾ ਮੇਰਾ ਨਾਮ, ਅਸੀਂ ਤਾਜਪੁਰ ਰੋਡ ਤੋਂ। ਤੁਹਾਡਾ ਪੇਸ਼ੈਂਟ ਦਾਖਲ? ਹਾਂ ਜੀ, ਇੱਥੇ ਦਲਬਾਗ ਸਿੰਘ। ਅੱਜ ਹੋਇਆ ਕੀ? ਦਰਵਾਜ਼ੇ ਦਰੂਜੇ ਭੰਨਦਾ ਸੀ। ਮੈਂ ਕਿਹਾ ਕੋਈ ਗੱਲ ਨਹੀਂ ਬੱਚੇ, ਕੋਈ ਗੱਲ ਨਹੀਂ, ਰੁਕ ਜਾ। ਮੇਰੇ ਦਾੜੀ ਨੂੰ ਹੱਥ ਪਾ ਲਿਆ ਫਟਾਫਟ, ਵਾਲ ਪੱਟ ਤੇ ਕਿੰਨੇ ਸਾਰੇ। ਠੀਕ ਹੈ ਜੀ, ਉਹ ਪੂਰੀ ਹੱਥੋਪਾਈ ਕਰ ਰਿਹਾ ਸੀਗਾ, ਅੰਦਰੋਂ ਐਂਟਰੀ ਗੌਰਮੈਂਟ ਨੇ ਬੰਦ ਕਰਤੀ, ਪੰਜਾਬ ਪੁਲਿਸ ਬਾਹਰ ਖੜੀ ਆ। ਕੀ ਗੱਲ, ਉਹ ਤਮਾਸ਼ਾ ਦੇਖ ਰਹੀ ਆ? ਮੈਂ ਉਹਨਾਂ ਨੂੰ ਲੈਣ ਗਿਆ, ਗੌਰਮੈਂਟ ਨੂੰ ਨਾਲ ਲੈ ਕੇ ਆਇਆ। ਮੈਂ ਕਿਹਾ ਕੀ ਗੱਲ, ਅਸੀਂ ਅੰਦਰ ਨਹੀਂ ਜਾ ਸਕਦੇ? ਉਹ ਗੌਰਮੈਂਟ ਨੂੰ ਨਾਲ ਲੈ ਕੇ ਆਇਆ, ਉਹ ਅੰਦਰ ਆ ਕੇ ਉਹ ਦੇਖ ਰਹੇ ਆ, ਸਭ ਕੁਝ ਦੇਖ ਰਿਹਾ। ਆਹ ਦੇ ਲਓ, ਸਿਆਣੇ ਪਿਆਣੇ ਅੰਕਲ ਦੀ ਦਾੜੀ ਪੱਟੀ ਉਹਨਾਂ ਨੇ, ਦਾੜੀ ਪੱਟੀ, ਉਹਨਾਂ ਦੇ ਵਾਲ ਪੱਟੇ। ਠੀਕ ਹੈ ਜੀ, ਹਾਂਜੀ, ਉਹ ਇਕੱਲੇ ਬੰਦੇ ਨੇ ਇੰਨਾ ਕੁਛ ਕੀਤਾ। ਠੀਕ ਆ, ਸ਼ੀਸ਼ਾ ਭੰਨਿਆ, ਸਭ ਕੁਛ ਕੀਤਾ, ਉਹਨਾਂ ਦੀ ਇਕੱਲੇ ਬੰਦੇ ਦੀ ਦਾੜੀ ਪੱਟੀ ਉਹਨੇ। ਫਿਰ ਵੀ ਗੌਰਮੈਂਟ ਨੂੰ ਵੀ ਕਿਹਾ, ਗੌਰਮੈਂਟ ਨੂੰ ਵੀ ਆ ਕੇ ਕੁਛ ਨਹੀਂ ਕੀਤਾ। ਅੱਛਾ, ਜਦ ਅਸੀਂ ਮਰੀਜ਼ ਦੇ ਨਾਲ ਆਏ ਹਾਂ, ਅਸੀਂ ਸਾਰਾ ਕੁਛ ਛਡਾ ਸਕਦੇ ਹਾਂ। ਠੀਕ ਆ, ਅਸੀਂ ਸਭ ਕੁਛ ਛਡਾ ਰਹੇ ਹਾਂ, ਉਹਨਾਂ ਨੇ ਵੀ ਛਡਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਦਾੜੀ ਨੂੰ ਹੱਥ ਪਾਇਆ, ਸਿਆਣੇ ਬਿਆਣੇ ਬੰਦੇ ਦੀ ਉਹਨਾਂ ਨੇ ਦਾੜੀ ਨੂੰ ਹੱਥ ਪਾਇਆ। ਕੀ ਗੱਲ, ਪੰਜਾਬ ਪੁਲਿਸ ਕੁਛ ਨਹੀਂ ਸੀ ਕਰ ਸਕਦੀ ਉੱਥੇ? ਮੁੰਡਾ ਕੋਈ ਨਸ਼ਾ ਕੀਤਾ ਸੀ ਕਿ? ਸ਼ਾਇਦ ਉਹਨੇ ਨਸ਼ਾ ਕੀਤਾ ਹੋਣਾ, ਸਭ ਕੁਛ ਕੀਤਾ ਹੋਣਾ ਜੀ ਉਹਨੇ। ਹੁਣ ਉਹਨੂੰ ਬੜੀ ਮੁਸ਼ਕਿਲ ਨਾਲ ਬੇਹੋਸ਼ੀ ਦਾ ਟੀਕਾ ਲਾ ਕੇ ਅੰਦਰ ਪਾਇਆ ਗਿਆ। ਠੀਕ ਹੈ ਜੀ, ਹੁਣ ਇੰਨਾ ਸਰਕਾਰੀ ਹੋਸਪਿਟਲ ਦਾ ਇੰਨਾ ਨੁਕਸਾਨ ਕੀਤਾ ਉਹਨੇ। ਠੀਕ ਹੈ ਜੀ, ਕੀ ਗੱਲ, ਗੌਰਮੈਂਟ ਕਿੱਥੇ ਆ ਹੁਣ? ਕਿੱਥੇ ਆ ਜੀ ਤੁਹਾਡਾ ਉਰੇ ਮਰੀਜ਼ ਦਾਖਲ ਹੈ? ਹਾਂਜੀ, ਸਾਡਾ ਵੀ ਮਰੀਜ਼ ਦਾਖਲ ਆ ਜੀ। ਨਾਮ ਤੁਹਾਡਾ ਮਰੀਜ਼ ਦਾ? ਕੁਲਵੀਰ ਚੰਦ ਆ ਜੀ। ਠੀਕ ਹੈ ਜੀ, ਸਾਡੇ ਅਸੀਂ ਨਾਨਕ ਨਗਰ ਤੋਂ ਆਏ ਹਾਂ ਜੀ, ਸਬਜ਼ੀ ਮੰਡੀ ਤੋਂ ਆਏ ਨਹੀਂ, ਸਬਜ਼ੀ ਮੰਡੀ ਤੋਂ। ਠੀਕ ਹੈ ਜੀ, ਕੋਈ ਕੀ ਗੱਲ, ਗੌਰਮੈਂਟ ਦਾ ਕੋਈ ਕੰਮ ਨਹੀਂ ਹੈ ਇੱਥੇ? ਪਤਾ ਨਹੀਂ, ਸਾਨੂੰ ਤਾਂ ਪਿਆ ਹੀ ਉੱਠ ਕੇ ਮੁੰਡਿਆਂ ਨੂੰ ਕਹਿੰਦਾ ਮੈਨੂੰ ਕੱਢੋ ਬਾਹਰ, ਕੱਢੋ ਬਾਹਰ, ਮੈਂ ਜਾਣਾ ਧਰਨੋਂ ਤੋਂ ਆਇਆ, ਧਰਨੋਂ ਤੋਂ ਆਇਆ। ਐਂ ਕਰਦਾ ਹੀ ਬਸ ਇੱਧਰ ਨੂੰ ਬੋਲਣ ਲੱਗ ਗਿਆ, ਮੁੰਡੇ ਫੜ ਗਏ ਸੀ ਮੇਰੇ ਤਾਂ ਆਪ ਦੋ, ਉਹਦੇ ਨਾਲ ਇੱਕ ਮੁੰਡਾ ਆਇਆ ਸੀ, ਉਹਦੇ 'ਚ ਪੇੜਾਂ ਮਾਰੀਆਂ। ਪਤਾ ਨਹੀਂ ਸਾਨੂੰ ਤਾਂ ਕਿੱਥੋਂ ਆਇਆ, ਕਿੱਥੋਂ ਨਹੀਂ ਆਇਆ। ਉੱਧਰ ਬੁੜੀਆਂ ਨੂੰ ਬੋਲਣ ਲੱਗ ਗਿਆ, ਉੱਠੋ ਤੁਰੋ ਧਰਨੇ ਤੋਂ, ਮੇਰੇ ਨਾਲ ਤੁਰ ਕੇ ਚੱਲੋ, ਐਂ ਕਰੋ ਨਾ ਵੀਰ ਭਾਈ, ਇੱਥੋਂ ਸਾਨੂੰ ਤਾਂ ਕੱਢੋ। ਸਿਵਲ ਹਸਪਤਾਲ ਪ੍ਰਸ਼ਾਸਨ ਅੱਗੇ ਕੀ ਤੁਹਾਡੀ ਮੰਗ ਹੈਗੀ ਹੈ? ਸਾਨੂੰ ਇਹੀ ਮੰਗ ਆ ਵੀ ਇਹੋ ਜਿਹਾ ਇਹਨਾਂ ਨੂੰ ਕਾਹਤੇ ਦਾਖਲ ਕਰਵਾਇਆ ਜਾਵੇ ਕਿ ਸਿਵਲ ਹਸਪੀਟਲ ਦੇ ਵਿੱਚ ਨਾ ਜਿਹੜੀ ਗੌਰਮੈਂਟ ਵੀ ਖੜੀ ਆ, ਗੌਰਮੈਂਟ ਕਿਉਂ ਖੜੀ ਆ ਇਹ? ਇਹਨਾਂ ਨੂੰ ਗੇਟਾਂ 'ਤੇ ਖੜਾ ਕੀਤਾ ਜਾਂਦਾ, ਇਹਨਾਂ ਨੂੰ ਕਿਉਂ ਖੜਾ ਕੀਤਾ ਜਾਂਦਾ?
ਇਹਨਾਂ ਨੂੰ ਏਸੀ ਕਰਕੇ ਖੜਾ ਕੀਤਾ ਜਾਂਦਾ ਕਿ ਆਮ ਉੱਠ ਕੇ ਜਾ ਕੇ ਜਿਹੜੇ ਪਬਲਿਕ ਉਹਨਾਂ ਦੀ ਸੇਵਾ ਕਰਨ ਬੇਹੋਸ਼ ਪਈ ਆ ਉਹ ਉਹ ਭੱਜ ਭੱਜ ਆਪ ਡਰ ਕੇ ਪਿੱਛੇ ਹੋ ਗਏ ਇਹ ਹਾਂ ਸਰਦਾਰ ਅੰਕਲ ਆਏ ਮੂਹਰੇ ਇਹ ਅੰਕਲ ਆਏ ਮੂਹਰੇ ਦਾੜੀ ਵੀ ਪਟਾਈ ਉਹਨਾਂ ਨੇ ਕਿਉਂ ਪਟਾਈ ਉਹਨਾਂ ਨੇ ਦਾੜੀ ਨਸ਼ੇੜੀ ਹੋਣਾ ਬੰਦਾ ਤਾਂ ਹੀ ਉਹਨੇ ਏਦਾਂ ਹਰਕਤ ਕੀਤੀ ਹੈ ਪੁਲਿਸ ਮਾਰ ਖਾਣ ਆਈ ਇੱਥੇ ਨਹੀਂ ਪੁਲਿਸ ਕੁਛ ਨਹੀਂ ਕਰ ਸਕਦੀ ਕਿਸੇ ਨੇ ਮਦਦ ਨਹੀਂ ਕੀਤੀ ਨਹੀਂ ਕੋਈ ਨਹੀਂ ਬੋਲਿਆ ਉਹਨੂੰ ਸੰਭਾਲ ਉਹ ਸੰਭਲਣ ਵਾਲਾ ਹੀ ਨਹੀਂ ਸੀ ਬੱਚੇ ਤੁਹਾਡੇ ਤੇ ਵੀ ਹਮਲਾ ਕੀਤਾ ਬੋਲੋ ਡਰਦੇ ਕਿਉਂ ਫੇਰ ਡਰੋ ਨਾ ਪਤਾ ਫਿਰ ਕੋਈ ਨੀ ਆਉਂਦਾ ਜੀ ਕੋਈ ਨੀ ਆਉਂਦਾ ਇੱਥੇ ਡਰੋ ਨਾ ਬੋਲਣ ਲੱਗ ਪਿਆ ਕੰਬਲ ਕਹਿੰਦਾ ਕਹਿੰਦਾ ਉੱਠ ਸਾਨੂੰ ਦੱਸਾਂ ਜਰਾ ਮੈਂ ਮੇਰੇ ਪਲੇਟ ਲੱਤ ਵਿੱਚ ਪਈ ਆ ਫਿਰ ਮੇਰੇ ਦੁਆਲੇ ਹਟ ਗਿਆ ਉਹ ਕੁੜੀ ਮਾਰਿਆ